ਪੰਜਾਬੀ ਮਾਂ ਬੋਲੀ ਦੇ ਉੱਤੇ ਵਿਵਾਦ ਦੌਰਾਨ ਗੁਰਦਾਸ ਮਾਨ ਦੇ ਹੱਕ 'ਚ ਉਤਰੇ ਪੰਜਾਬੀ ਗਾਇਕ KS ਮੱਖਣ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਹੋਏ ਹਮਲੇ ਤੋਂ ਬਾਅਦ ਮੱਖਣ ਵੱਲੋਂ ਲਾਈਵ ਹੋ ਕੇ ਆਪਣੇ ਕਕਾਰ ਉਤਾਰ ਦਿੱਤੇ ਸਨ। ਇਸ ਮਾਮਲੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਲਖੀ ਦਿਖਾਉਂਦੇ ਹੋਏ ਕਿਹਾ ਕਿ ਇਹ ਗਲਤ ਹੈ ਅਤੇ ਕਕਾਰ ਗੁਰੂ ਸਾਹਿਬ ਦੇ ਨੇ ਇਹਨਾਂ ਕਕਾਰਾਂ ਨੂੰ ਉਤਾਰਨਾ ਗਲਤ ਹੈ। ਦੇਖੋ, ਗੱਲ ਇਹ ਹੈ ਕਿ ਜਿਹੜੇ ਕਕਾਰ ਹੈਗੇ ਆ ਇਹ ਸਿੱਖਾਂ ਦੇ ਨਹੀਂ, ਇਹ ਗੁਰੂ ਦੇ ਆ। ਅਤੇ ਮੈਂ ਸਮਝਦਾ ਕਿ ਜੇ ਉਹ ਚਲੋ ਉਹਦੀ ਜੇ ਗੱਲ ਮੰਨੀਏ ਕਿ ਕੁਝ ਸਿੱਖਾਂ ਨੇ ਉਹਦੇ ਖਿਲਾਫ਼ ਜਿਹੜੀਆਂ ਪੱਧਰ ਟਿੱਪਣੀਆਂ ਕੀਤੀਆਂ, ਗੁਰੂ ਨੇ ਤਾਂ ਨਹੀਂ ਕੀਤੀਆਂ। ਇਸ ਕਰਕੇ ਕਕਾਰ ਜਿਹੜਾ ਹੈ ਉਤਾਰ ਕੇ ਦੇਣਾ ਇਹ ਸ਼ੋਭ ਨਿਕਣੀ ਹੈ, ਕਿਉਂਕਿ ਕਕਾਰ ਜਿਹੜੇ ਆ ਬੰਦਿਆਂ ਦੇ ਨਹੀਂ, ਕਕਾਰ ਸਿੱਖਾਂ ਦੇ ਨਹੀਂ, ਕਕਾਰ ਗੁਰੂ ਦੇ ਹੈ। ਗੁਰੂ ਨੇ ਬਖਸ਼ਿਆ ਅਤੇ ਗੁਰੂ ਨੇ ਤਾਂ ਉਹਨੂੰ ਇਹੋ ਜਿਹੀ ਕੋਈ ਗੱਲ ਆਖੀ ਨਹੀਂ ਗੀ ਜਿਹਦੇ ਕਰਕੇ ਉਹਨੇ ਕਕਾਰ ਜਿਹੜੇ ਗੁਰੂ ਨੂੰ ਉਹਨੂੰ ਗੁਰੂ ਨੂੰ ਵਾਪਸ ਕੀਤੇ ਆ। ਅਤੇ ਗੁਰੂ ਨੇ ਤਾਂ ਉਹਨੂੰ ਬੰਦਾ ਚੰਗਾ ਕਿਹਾ ਹੀ ਨਹੀਂ, ਜੇ ਕਿਹਾ ਕਿਸੇ ਇੱਕ ਦੋ ਵਿਅਕਤੀਆਂ ਨੇ ਕਿਹਾ ਹੈਗਾ ਅਤੇ ਉਹਨਾਂ ਨਾਲ ਸਿੱਝਦਾ, ਪਰ ਕਕਾਰ ਵਾਪਸ ਕਰਨੇ ਜਿਹੜੇ ਹੈ ਬਹੁਤ ਮੰਦਭਾਗ ਹੈ, ਇਹ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਆਏ ਇਸ ਬਿਆਨ ਤੋਂ ਬਾਅਦ KS ਮੱਖਣ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਇਸ ਲਈ ਮੱਖਣ ਨੂੰ ਗੁਰੂ ਘਰ 'ਚ ਆ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਬਿਊਰੋ ਰਿਪੋਰਟ, ਵੋਇਸ ਆਫ ਪੰਜਾਬ, ਅੰਮ੍ਰਿਤਸਰ।